ਐਨੇ ਗੋਬਿੰਦ ਸਿੰਘ ਜੋ ਆਪਣੇ ਚਿਹਰੇ ਦੇ ਉੱਤੇ ਸੁਨਹਿਰਾ ਰੰਗ ਲਗਾ ਕੇ ਚੌਂਕ ਦੇ ਵਿੱਚ ਮੂਰਤੀ ਬਣ ਕੇ ਖੜ੍ਹੇ ਹੁੰਦੇ ਨੇ ਅਤੇ ਇਹਨਾਂ ਨੂੰ ਦੇਖਣ ਦੇ ਲਈ ਲੋਕ ਦੂਰੋਂ ਦੂਰੋਂ ਆਉਂਦੇ ਨੇ ਅਤੇ ਸੈਲਫੀਆਂ ਵੀ ਕਰਵਾਉਂਦੇ ਨੇ। ਇੱਥੋਂ ਤੱਕ ਕਿ ਛੋਟੇ ਛੋਟੇ ਬੱਚੇ ਵੀ ਇਹਨਾਂ ਦੇ ਨਾਲ ਹੈਲੋ ਕਰਕੇ ਜਾਂਦੇ ਨੇ। ਦਰਅਸਲ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਦਿਓਨ ਦੇ ਨਿਵਾਸੀ ਗੋਬਿੰਦ ਸਿੰਘ ਚਿਹਰੇ ਦੇ ਉੱਤੇ ਸੁਨਹਿਰਾ ਰੰਗ ਲਗਾ ਕੇ ਚੌਂਕ ਦੇ ਵਿੱਚ ਮੂਰਤੀ ਬਣ ਕੇ ਖੜ੍ਹੇ ਹੋ ਜਾਂਦੇ ਨੇ। ਗੋਬਿੰਦ ਸਿੰਘ ਕਦੇ ਸੁਨਹਿਰੀ ਕੱਪੜੇ ਤਾਂ ਕਦੇ ਚਾਂਦੀ ਰੰਗੇ ਕੱਪੜਿਆਂ ਦੇ ਵਿੱਚ ਨਜ਼ਰ ਆਉਂਦੇ ਨੇ। ਉਹ ਰਾਜ ਮਿਸਤਰੀ ਦੇ ਨਾਲ ਦਿਹਾੜੀਆਂ ਦੇ ਉੱਤੇ ਵੀ ਜਾਂਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਲੋਕ ਉਹਨਾਂ ਨੂੰ ਮੂਰਤੀ ਦੇ ਰੂਪ ਵਿੱਚ ਦੇਖਣਾ ਪਸੰਦ ਕਰਦੇ ਨੇ ਅਤੇ ਉਹਨਾਂ ਨੂੰ ਇਹ ਕੰਮ ਕਰਕੇ ਖੁਸ਼ੀ ਵੀ ਮਿਲਦੀ ਹੈ। ਵੀਰੇ ਕੀ ਨਾਂ ਹੈ ਤੇ ਕਿਹੜਾ ਪਿੰਡ ਹੈ? ਜੀ ਗੋਬਿੰਦ ਸਿੰਘ ਮੇਰਾ ਨਾਮ ਆ ਜੀ, ਕੋਟਲੀ ਦੇਵਨ ਪਿੰਡ ਆ ਜੀ ਮੇਰਾ। ਕਦੋਂ ਤੋਂ ਇਸ ਕਿੱਤੇ ਦੇ ਵਿੱਚ ਆਏ ਹੋ ਤੇ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਖਿਆਲ ਆਇਆ ਕਿ ਇਸ ਕਿੱਤੇ ਨੂੰ ਅਪਣਾ ਕੇ ਆਪਣੀ ਰੋਟੀ ਨੂੰ ਤੋਰਿਆ ਜਾਵੇ, ਰੋਜੀ ਰੋਟੀ ਨੂੰ ਤੋਰਿਆ ਜਾਵੇ? ਦੇਖੋ ਜੀ, ਖਿਆਲ ਤਾਂ ਮੈਨੂੰ ਇਹ ਆਇਆ, ਝੂਠ ਨਹੀਂ ਮਾਰਦੇ ਆਪਾਂ, ਯੂਟਿਊਬ ਨੂੰ ਵੇਖ ਕੇ ਜੀ, ਯੂਟਿਊਬ ਵੇਖ ਕੇ। ਬਾਕੀ ਹੁਣ ਆਪਣੀ ਰੋਜੀ ਰੋਟੀ ਵੀ ਬਣ ਗਈ ਹੈ ਜੀ, ਬਾਕੀ ਜਨਤਾ ਦਾ ਐਂਟਰਟੇਨਮੈਂਟ ਵੀ ਹੋ ਜਾਂਦਾ ਜੀ ਇਹਦੇ ਵਿੱਚ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਕਿੱਤੇ ਨਾਲ ਜੁੜੇ ਹੋਏ? ਮੈਨੂੰ ਸਰ 3 ਸਾਲ ਹੋ ਗਏ ਜੀ। ਕਦੇ ਪਹਿਲਾਂ ਕੀ ਕੰਮ ਕਰਦੇ ਸੀ? ਮੈਂ ਜੀ ਮਿਸਤਰੀ ਨਾਲ ਦਿਹਾੜੀ ਜਾਂਦਾ ਹੁੰਦਾ ਸਰ। ਹੁਣ ਵੀ ਜਾਂਦੇ ਹੋ ਕਿ ਇਸੇ ਕਿੱਤੇ ਨਾਲ ਹੀ ਜੁੜੇ ਹੋ, ਗੋਲਡਨ ਸਟੈਚੂ ਜਾਂ ਸਿਲਵਰ ਸਟੈਚੂ ਬਣ ਕੇ? ਨਹੀਂ ਜੀ, ਹੁਣ ਵੀ ਜਾਣਾ ਹੁੰਦਾ ਦਿਹਾੜੀ ਮੈਂ। ਇਹ ਤਾਂ ਜੀ ਮੰਨ ਲਓ ਕੋਈ ਤਿਉਹਾਰ ਹੋਵੇ ਜਾਂ ਸੰਡੇ ਦੀ ਸੰਡੇ ਕੰਮ ਕਰਦਾ ਜੀ ਮੈਂ, ਸੰਡੇ ਦੇ ਸੰਡੇ ਇਹ ਕੰਮ ਕਰਦੇ ਹਾਂ। ਕਿੰਨਾ ਕੁ ਰਿਸਪੌਂਸ ਮਿਲਦਾ ਲੋਕਾਂ ਵੱਲੋਂ ਤੁਹਾਨੂੰ? ਲੋਕਾਂ ਵੱਲੋਂ ਸਹੀ ਆ ਜੀ, ਹੁਣ ਵੀ ਮੰਨ ਲਓ ਪਿਆਰ ਲੋਕ ਹਜੇ ਵੀ ਕਰਦੇ ਆ ਜੀ। ਜਿਹੜੇ ਪੜ੍ਹੇ ਲਿਖੇ ਉਹ ਤਾਂ ਗੱਲ ਨੂੰ ਸਮਝਦੇ ਵੀ ਆ ਜੀ, ਅਤੇ ਮੇਰੇ ਕੋਲ ਖੜ੍ਹ ਕੇ ਵੀ ਜਾਂਦੇ ਆ ਅਤੇ ਸਨੈਪਸ ਨੂੰ ਵਗੈਰਾ ਵੀ ਕਰਾ ਕੇ ਜਾਂਦੇ ਆ ਜੀ, ਅਤੇ ਬਾਕੀ ਹੱਸਣ ਵਾਲੇ ਵੀ ਬਹੁਤ ਲੋਕ ਹੈਗੇ ਆ ਜੀ, ਜਿਹੜੇ ਦੇਖ ਕੇ ਹੱਸ ਕੇ ਲੰਘ ਜਾਂਦੇ ਆ ਜੀ। ਕਿੰਨਾ ਮੰਨ ਲਓ ਇੰਨਾ ਟਾਈਮ ਖੜ੍ਹਦੇ ਹੋ, ਕਿੰਨੀਆਂ ਕੁ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ? ਸਾਰਿਆਂ ਨਾਲੋਂ ਵੱਡੀ ਮੁਸ਼ਕਲ ਤਾਂ ਆਹੀ ਆ ਜੀ ਵੀ ਜਿਹੜੀ ਜਨਤਾ ਮਜ਼ਾਕ ਉਡਾਉਂਦੀ ਆ ਜੀ, ਹੋਰ ਤਾਂ ਮੰਨ ਲਓ ਇੰਨੀ ਪ੍ਰੋਬਲਮ ਨਹੀਂ ਆਉਂਦੀ ਜੀ ਆਪਾਂ ਨੂੰ ਕਿਸੇ ਦੀ। ਖੜ੍ਹਨਾ ਔਖਾ ਨਹੀਂ ਲੱਗਦਾ ਇੰਨਾ ਟਾਈਮ? ਨਹੀਂ, ਖੜ੍ਹਨ ਦੇ ਵਿੱਚ ਹੁਣ ਤਾਂ ਹੌਲੀ ਹੌਲੀ ਐਕਸਪੀਰੀਅੰਸ ਹੁੰਦਾ ਜਾਂਦਾ ਜੀ। ਪਹਿਲਾਂ ਦੇ ਵਿੱਚ ਦਿੱਕਤ ਆਈ ਸੀ, ਪਰੇਸ਼ਾਨੀ, ਚਿਹਰਾ ਵੀ ਖਰਾਬ ਹੋ ਗਿਆ ਸੀ ਮੇਰਾ, ਅਤੇ ਹੁਣ ਕੋਈ ਦਿੱਕਤ ਨਹੀਂ ਜੀ। ਘਰ ਦੇ ਵਿੱਚ ਕੌਣ ਕੌਣ ਆ ਤੁਹਾਡੇ? ਮੰਮੀ ਡੈਡੀ ਆ ਜੀ, ਮੈਂ ਵਿਆਹਿਆ ਹੋਇਆ ਜੀ, ਮੇਰੇ 3 ਬੱਚੇ ਆ, 2 ਮੁੰਡੇ ਆ, 1 ਕੁੜੀ ਆ ਜੀ। ਇਕੱਲੇ ਕਮਾਉਣੇ ਆ ਜਾਂ ਕੋਈ ਹੋਰ ਵੀ? ਨਹੀਂ ਜੀ, ਮੈਂ ਛੋਟਾ ਭਰਾ ਵੀ ਹੈਗਾ ਕਮਾਉਣ ਵਾਲਾ, ਬਾਕੀ ਮੇਰੇ 'ਤੇ ਹੀ ਸਾਰਾ ਮਿਹਨਤ ਆ ਜੀ। ਕਦੇ ਮੰਮੀ ਡੈਡੀ ਨੇ ਜਾਂ ਤੁਹਾਡੇ ਘਰਦਿਆਂ ਨੇ ਨਹੀਂ ਰੋਕਿਆ ਵੀ ਤੁਹਾਡੀ ਵਾਈਫ ਨੇ, ਕਦੇ ਰਿਸ਼ਤੇਦਾਰਾਂ ਨੇ ਕਿਹਾ ਹੋਵੇ ਤੁਹਾਨੂੰ ਵੀ ਇਹ ਕਿਹੜਾ ਕੰਮ ਕੀਤਾ ਜਾਂ? ਰਿਸ਼ਤੇਦਾਰ ਤਾਂ ਜੀ ਰੋਕਦੇ ਹੈਗੇ ਆ ਵੀ ਇਹ ਕਿਹੜਾ ਕੰਮ ਫੜ ਲਿਆ ਤੂੰ, ਬਾਕੀ ਜੇ ਜਿਹੜਾ ਆਪਾਂ ਨੂੰ ਸਹੀ ਲੱਗਦਾ ਆਪਾਂ ਉਹੀ ਕਰਦੇ ਹਾਂ ਜੀ। ਗੁਜ਼ਾਰਾ ਹੋ ਜਾਂਦਾ ਇੱਥੇ? ਗੁਜ਼ਾਰਾ ਕਹਿ ਦਈਏ ਹੋ ਵੀ ਜਾਂਦਾ ਜੀ ਅਤੇ ਨਹੀਂ ਵੀ ਹੋ ਜਾਂਦਾ ਜੀ, ਐਂ ਵੀ ਕਹਿ ਸਕਦੇ ਆਪਾਂ ਵੀ ਮੰਨ ਲਓ ਕਈ ਵਾਰੀ ਤਾਂ ਪੈਸੇ ਮੈਨੂੰ ਵੱਧ ਵੀ ਬਣ ਜਾਂਦੇ ਆ, ਕਈ ਵਾਰੀ ਘਰੋਂ ਕਿਰਾਇਆ ਮੰਗਾ ਕੇ ਵੀ ਜਾਣਾ ਪੈਂਦਾ ਘਰੇ ਜੀ। ਹਾਂਜੀ, ਜਿਵੇਂ ਮੰਨ ਲਓ ਯੂਟਿਊਬ 'ਤੇ ਤੁਸੀਂ ਕਿਹਾ ਵੀ ਯੂਟਿਊਬ 'ਤੇ ਵੇਖ ਕੇ ਮੈਂ ਵੇਖਿਆ ਹੈ ਨਾ, ਉੱਧਰ ਟ੍ਰੈਂਡ ਬਹੁਤ ਚੱਲਦਾ ਪਿਆ ਸੀਗਾ ਇਹ, ਉੱਧਰ ਦੇ ਹਿਸਾਬ ਨਾਲ ਤਾਂ ਇੱਧਰ ਕਿਵੇਂ, ਕਿੰਨਾ ਕੁ ਫਰਕ ਲੱਗਦਾ? ਉੱਧਰ ਅਤੇ ਇੱਧਰ ਦਾ ਜੀ ਫਰਕ ਤਾਂ ਬਹੁਤ ਜ਼ਿਆਦਾ ਹੈਗਾ, ਕਿਉਂਕਿ ਆਪਣੇ ਜਿਹੜੇ ਪੜ੍ਹੇ ਲਿਖੇ ਲੋਕ ਆ ਜੀ ਉਹ ਹੀ ਮੇਰੇ ਕੋਲ ਆਉਂਦੇ ਆ, ਬਾਕੀ ਵੀਰ ਮੇਰੇ ਕੋਲ ਖੜਿਆ ਸੀਗਾ ਇੱਕ, ਤੁਸੀਂ ਉਹਨੂੰ ਪੁੱਛ ਲਓ ਜੇ, ਨਹੀਂ ਬਹੁਤ ਘੱਟ ਲੋਕ ਆਉਂਦੇ ਆ ਜੀ ਮੇਰੇ ਕੋਲ, 100 ਦੇ ਵਿੱਚ 5 ਬੰਦੇ ਹੀ ਆਉਂਦੇ ਆ ਜੀ, ਉਹ ਵੀ ਜਿਨ੍ਹਾਂ ਨੂੰ ਪਤਾ ਹੈਗਾ ਜੀ ਉਹ ਹੀ ਆਉਂਦੇ ਆ, ਹਰ ਇੱਕ ਬੰਦਾ ਨਹੀਂ ਆਉਂਦਾ ਗਾ ਮੇਰੇ ਕੋਲ। ਇਸ ਸਟੈਚੂ ਬਣਨਾ ਕਿੰਨਾ ਸਮਾਂ ਤੁਸੀਂ ਖੜ੍ਹਦੇ ਹੋ ਅਤੇ ਖਰਚੇ ਜੁਗਾ ਇਕੱਠੀ ਹੁੰਦੀ ਆ, ਆਮਦਨ ਹੁੰਦੀ ਆ ਜਾਂ ਫਿਰ ਵਾਹਵਾ ਇਕੱਠੀ ਕਰ ਲੈਂਦੇ? ਨਹੀਂ ਜੀ, ਖਰਚੇ ਖੁਰਚੇ ਜੋਗੇ ਹੀ ਹੁੰਦੇ ਆ ਜੀ, ਕੁਛ ਰੰਗ ਰੁੰਗ ਲੈ ਆਈਦਾ ਜੀ, ਪੇਂਟ ਪੂੰਟ ਲੈ ਆਈਦਾ, ਅਤੇ ਕੁਛ ਮੰਨ ਲਓ ਘਰ ਦਾ ਵੀ। ਜਿਹੜਾ ਤੁਸੀਂ ਮੰਨ ਲਓ ਪੇਂਟ ਲਾਇਆ ਹੋਇਆ ਮੂੰਹ 'ਤੇ, ਇਹ ਰਿਐਕਸ਼ਨ ਨਹੀਂ ਕਰਦਾ? ਜਿਵੇਂ ਤੁਹਾਨੂੰ ਮੈਂ ਦੱਸਿਆ ਜੀ ਸਟਾਰਟਿੰਗ 'ਤੇ ਰਿਐਕਸ਼ਨ ਕਰ ਗਿਆ ਸੀਗਾ ਜੀ ਹੁਣ, ਅਤੇ ਉਹ ਤੋਂ ਬਾਅਦ 'ਚ ਮੇਰਾ ਵੀ ਲਿਆਜੀ ਹੈਗਾ ਮੈਡੀਕਲ ਵਾਲਾ, ਉਹਨੇ ਟਿਊਬ ਵਗੈਰਾ ਮੈਨੂੰ ਦੇ ਦਿੱਤੀਆਂ ਸੀਗੀਆਂ ਜੀ। ਇਹ ਨੋਰਮਲੀ ਰੰਗ ਹੁੰਦਾ ਜਾਂ ਕੋਈ ਸਪੈਸ਼ਲ ਰੰਗ ਹੀ ਆਉਂਦਾ ਵੀ ਜਿਵੇਂ ਕੋਈ ਲਾਉਣ ਵਾਲਾ? ਨਾ ਨਾ ਜੀ, ਆਹ ਇਨੇਬਲ ਹੀ ਆ ਜੀ, ਪੱਕਾ ਰੰਗ ਹੀ ਆ ਜੀ ਇਹ, ਜਿਹੜਾ ਆਪਾਂ ਬਾਹਰ 'ਤੇ ਜੋ ਹੈਗਾ ਉਹਨਾਂ ਦਾ ਵੈਸੇ ਰੰਗ ਸਪੈਸ਼ਲ ਆਉਂਦਾ ਜੋ ਰਿਐਕਸ਼ਨ ਨਹੀਂ ਕਰਦਾ? ਨਹੀਂ, ਸਪੈਸ਼ਲ ਨਹੀਂ ਆਉਂਦਾ ਜੀ ਕੋਈ ਵੀ ਰੰਗ, ਇਹ ਆਹੀ ਆ ਜੀ ਮੰਨ ਲਓ ਜਿਹੜਾ ਆਪਾਂ ਪੱਲਿਆਂ ਵਗੈਰਾ ਕਰਦੇ ਹਾਂ, 12 ਬੂਰਾਂ 'ਤੇ ਕਰਦੇ, ਉਹ ਵਾਲਾ ਜੀ। ਕਿਵੇਂ ਲੱਗ ਰਿਹਾ ਹੁਣ ਇਸ ਕਿੱਤੇ ਨਾਲ ਜੁੜ ਕੇ, ਨਾਲ ਤੁਸੀਂ ਮਿਹਨਤ ਮਜ਼ਦੂਰੀ ਵੀ ਕਰਦੇ ਹੋ, ਇਸ ਕਿੱਤੇ ਨਾਲ ਜੁੜ ਕੇ ਕਿਸ ਤਰ੍ਹਾਂ ਲੱਗ ਰਿਹਾ? ਇਹਦੇ ਨਾਲ ਜੁੜ ਕੇ ਵਧੀਆ ਲੱਗ ਰਿਹਾ ਜੀ, ਜਿਹੜੇ ਮੈਨੂੰ ਕਦੇ ਨਏ ਮੰਨ ਲਓ ਅਮੀਰ ਲੋਕ ਨਹੀਂ ਬੁਲਾਉਂਦੇ ਸੀਗੇ, ਅੱਜ ਮੈਨੂੰ ਉਹ ਜੱਫੀ ਪਾ ਕੇ ਖੜ੍ਹ ਜਾਂਦੇ ਆ ਜੀ, ਅਤੇ ਇਸ ਤਾਂ ਇਹਨੂੰ ਵੇਖ ਕੇ ਤਾਂ ਮੈਨੂੰ ਲੱਗਾ ਵੀ ਮੈਂ ਬਹੁਤ ਵਧੀਆ ਕੰਮ ਕਰੀ ਜਾਂਦਾ ਜੀ। ਜਦੋਂ ਲੱਗੇ ਸੀ ਤੁਸੀਂ ਇਸ ਕੰਮ ਦੇ ਵਿੱਚ, ਸ਼ੌਂਕ ਸੀ ਤੁਹਾਡਾ ਕਿ ਮਜਬੂਰੀ ਨਾਲ ਲੱਗੇ? ਪਹਿਲਾਂ ਪਹਿਲਾਂ ਤਾਂ ਸੀਗਾ ਜੀ ਸ਼ੌਂਕ ਹੀ ਮੈਨੂੰ, ਉਹ ਤੋਂ ਬਾਅਦ ਤਾਂ ਹਰ ਮਜਬੂਰੀ ਵੀ ਬਣ ਗਈ ਜੀ ਮੇਰੀ।
मान लो जीरो आप उधरों दिहाड़ी छड के इधर आने जी तो मान लो इधर ही खर्चा पानी चलता फिर सारा जी कि लोगों की कहोगे जेडे मान लो मजाक डाउंदे आ वेखदे आ है ना हसदे आ कई अप्रीशिएट भी करते आ थोनों आके भी वधिया किवें की कहोगे लोग जेडे ता जी मेरे को आउंदे आ पढ़े लिखे लोग वह तो वधिया आपां नूं बुलाउंदे आ जी हस के बुलाउंदे आ प्यार भी बहुत दिंदे आ ते बाकी जेडे मजाक डाउंदे आ मैं मेन कहना चाहना भी तुसी भला चैनल तो आते कट दो जे जो हाथी लंघता हों जी मगर कुत्ते बहुत भौंकी जाते होंगे वह आदा भौंक भौंक के मुड़ जाते उन्हें आदि मस्त चाल नहीं छड़नी होंगी वह तुरै जाता जी। लोग अपने परिवार का पालन पोषण करन दे लई बहुत कुछ करते हैं। अजिही एक मिसाल है गोबिंद सिंह। ब्यूरो रिपोर्ट, अज की आवाज़।